ਈਦ ਮੁਬਾਰਕ, ਸੱਠਾਂ ਲੈਣੋ ਈਦ ਮੁਬਾਰਕ। ਈਦ ਵਾਲੇ ਦਿਨ ਉਸ ਬੰਦੇ ਦੀ ਸ਼ਕਲ ਉਤਰੀ ਹੁੰਦੀ ਜਿਸ ਨੂੰ ਈਦੀ ਨਾ ਮਿਲੀ ਹੋਵੇ। ਈਦੀ ਮੈਂ ਤੇ ਦੇਣਾ ਬਜ਼ੁਰਗਾਂ ਨੂੰ ਨਾਲ ਲਾ ਕੇ ਵਸੂਲ ਤੁਸੀਂ ਜ਼ੁਬਾਨ ਦੇ ਨਾਲ ਕਰ ਲੈਣਾ ਮਾਲਿਕ। ਹਰ ਮੋਮਿਨ ਨੂੰ ਇਸੇ ਸਾਲ ਮਜ਼ਲੂਮੇ ਕਰਬਲਾ ਦੇ ਹਰਮ ਦੀ ਜਵਾਰੀ ਨਸੀਬ ਫਰਮਾਏ। ਮੇਰੇ ਭਾਈ ਕਲਬ ਸਾਹਿਬ ਨੂੰ ਮਾਲਿਕ ਔਲਾਦ ਦੀ ਖੁਸ਼ੀਆਂ ਨਸੀਬ ਫਰਮਾਏ। ਬਾਨੀ ਆਉਣ ਦੀ ਮਾਲਿਕ ਇੱਜ਼ਤ ਤੌਫੀਕਾਤ ਚ ਇਜ਼ਾਫਾ ਤਾ ਫਰਮਾਏ। ਮਾਲਿਕ ਅਸੀਂ ਵਾਰਿਸ ਰੱਖਦੇ ਹਾਂ ਬੇਵਾਰਸ ਤਰ੍ਹਾਂ ਜੀਰੀਆ ਮੇਰੇ ਮੌਲਾ, ਸਾਨੂੰ ਸਾਡੇ ਦੌਰ ਦੇ ਮੁਹੰਮਦ ਦੀ ਜ਼ਿਆਰਤ ਨਸੀਬ ਫਰਮਾ। ਆਪਣੇ ਮਾਲਿਕ ਆਪਣੇ ਵਾਰਿਸ ਆਪਣੇ ਬਾਦਸ਼ਾਹ ਦੇ ਜ਼ਹੂਰ ਵਾਸਤੇ ਤੁਹਾਡੇ ਵਜੂਦ ਜਿੰਨੀ ਤਾਕਤ ਹੈ ਸਲਵਾਤ ਮੁਹੰਮਦ ਬਰੀ ਸਾਰੇ ਹਜ਼ਰਾਤ ਪੜ੍ਹਦੇ ਸੱਲੇ ਅਲਾ ਮੁਹੰਮਦ। ਫਿਰ ਮਹਿਦੀ ਸ਼ਾਹ ਜੀ ਸਾਡੇ ਬਜ਼ੁਰਗ ਬੈਠੇ ਨੇ, ਯਕੀਨਨ ਦੁਆ ਲੈਣ ਵਾਸਤੇ ਅਸੀਂ ਹਾਜ਼ਰ ਹੋ ਗਏ। ਤੁਹਾਡੀ ਜ਼ਿਆਰਤ ਹੋ ਗਈ, ਜਸ਼ਨ ਕਰਾਇਆ ਨਹੀਂ ਜਾਂਦਾ, ਜਸ਼ਨ ਮਨਾਇਆ ਜਾਂਦਾ। ਇਹ ਜਿਹਨਾਂ ਨੂੰ ਅੱਛੀਆਂ ਸੀਟਾਂ ਮਿਲਦੀਆਂ ਹੋਣ ਉਹ ਅੱਛੀ ਸੀਟ 'ਤੇ ਨਾ ਬੈਠਣ ਤਾਂ ਫਿਰ ਉਹਨਾਂ ਦਾ ਮੁਕੱਦਰ ਹੈ। ਬੰਦੇ ਸੀਟਾਂ ਵਾਸਤੇ ਮਾਰ ਦਿੰਦੇ ਨੇ, ਪਿੰਡ ਉਜਾੜ ਲੈਂਦੇ ਨੇ ਸਾਰੇ, ਅਗਲੀਆਂ ਸੀਟਾਂ ਖਾਲੀਆਂ ਨੇ, ਬੰਦੇ ਉਹ ਪਿੱਛੇ ਜਾ ਕੇ ਬਹਿ ਜਾਂਦੇ ਨੇ। ਔਰ ਤੁਸੀਂ ਐਡੀ ਪਿੱਛੇ ਬਹਿ ਕੇ ਵੀ ਹੈਰਾਨ ਹੋ ਕੈਸੀ ਗੱਲ ਜੇ, ਜਿੱਥੇ ਕਿਸੇ ਨੇ ਕੁਛ ਨਹੀਂ ਕਹਿਣਾ, ਜਿੱਥੇ ਗੱਲ ਪਹੁੰਚ ਵੀ ਸ਼ਾਇਦ ਮੇਰੀ। ਮਿਹਰਬਾਨੀ ਜਿਹੜੀ ਅਗਲੀਆਂ ਖਾਲੀ ਸੀਟਾਂ ਨੇ, ਕੁਰਸੀਆਂ ਲੈ ਕੇ ਥੋੜ੍ਹਾ ਥੋੜ੍ਹਾ ਅੱਗੇ ਆ ਜਾਓ ਬੇਸ਼ੱਕ। ਸਰ ਜੀ ਮਿਹਰਬਾਨੀ, ਬੱਚਿਆਂ ਨੂੰ ਯਾਰ ਤੁਸੀਂ ਤਾਂ ਐਸੀ ਬੈਠੇ ਨੂੰ ਬੱਚੇ ਕੁਰਸੀਆਂ ਅੱਗੇ ਲਾਇਆ। ਮਿਹਰਬਾਨੀ, ਐਸ ਕਹਿ ਨਹੀਂ ਸਕਦਾ ਕਿ ਤੁਸੀਂ ਅੱਗੇ ਕੁਰਸੀਆਂ ਲੈ ਕੇ ਗਿਆ। ਅੱਗੇ ਲੈ ਆਓ, ਨੇੜੇ ਮੈਨੂੰ ਦਾਤ ਜ਼ਰਾ ਨੇੜੇ ਨੇੜੇ ਮਿਲ ਜਾਏਗੀ, ਇੰਨੀ ਦੂਰੋਂ ਮੈਂ ਬਾਕੀਆਂ ਦੀਆਂ ਕੁਰਸੀਆਂ ਸਵਸਥ ਮੰਗਾ ਰਿਹਾ। ਚਲੋ ਐ ਸ਼ਾਬਾਸ਼, ਆਉਂਦੇ ਆਉਂਦੇ, ਕੁਛ ਕੁਛ ਨਹੀਂ ਹੁੰਦਾ ਜੇ ਇੱਥੇ ਤੁਸੀਂ ਕਿਹੜੇ ਆਵਾਜ਼ ਕਿਹੜੀ ਖੋਲ ਨਹੀਂ ਜੇ, ਇੰਨੀ ਆਵਾਜ਼ ਉੱਥੇ ਤੱਕ ਪਹੁੰਚ ਜੇ ਬੜੀ ਗੱਲ ਜੇ। ਅੱਛਾ ਜੋ ਠੀਕ ਹੈ, ਮੇਰੀ ਵੀ ਸਿਹਤ ਵੇਖੋ ਨਾ, ਮੇਰੀ ਤੁਹਾਡੀ ਬਰਾਬਰੀ ਹੁਣ, ਇਹਨਾਂ ਨੂੰ ਥੋੜ੍ਹਾ ਅੱਗੇ ਹੀ ਕਰ ਲਵਾਂ। ਮਿਹਰਬਾਨੀ ਕਰੀ ਨਾ, ਹਰ ਤੱਕ ਬੰਦੇ ਤੱਕ ਆਵਾਜ਼ ਵੀ ਤਾਂ ਪਹੁੰਚੇ। ਇਜਾਜ਼ਤ ਹੈ, ਜਸ਼ਨ ਮਨਾਇਆ ਜੇ, ਜਸ਼ਨ ਕਰਾਇਆ ਨਹੀਂ ਜਾਂਦਾ, ਜਸ਼ਨ ਮਨਾਇਆ ਜਾਂਦਾ। ਜਿਹਨੂੰ ਆਪਣੇ ਮਾਲਕ ਦੇ ਜ਼ਹੂਰ ਦੀ ਜਿਤਨੀ ਖੁਸ਼ੀ ਹੈ, ਉਹਦੇ ਚਿਹਰੇ 'ਤੇ ਵੀ ਉਤਨੀ ਰੌਣਕ ਹੋਣੀ ਚਾਹੀਦੀ ਹੈ। ਭਾਈ ਕਲਬ ਜੀ, ਜੁਮਲਾ ਸ਼ੀਆ ਸੁਣੀ ਹਜ਼ਰਾਤ ਵਾਸਤੇ ਆਪਣੇ ਬਜ਼ੁਰਗਾਂ ਕੋਲੋਂ, ਸਾਦਾਤ ਕੋਲੋਂ, ਇਤਨੇ ਮਾਤਮੀਆਂ ਕੋਲੋਂ ਦੁਆ ਲੈਣ ਵਾਸਤੇ ਪੜ੍ਹਾਂ। ਜਿਹੜੇ ਬੰਦੇ ਸਮਝਦੇ ਨੇ ਕਿ ਬਾਦਸ਼ਾਹ ਅਲੀ ਦੇ ਜ਼ਿਕਰ 'ਚ ਬੋਲਣਾ ਇਬਾਦਤ ਹੈ, ਉਹ ਸਿਰ ਚੜ੍ਹਾਉਣ ਵਾਸਤੇ ਇੱਕ ਜੁਮਲਾ ਹੈ। ਵਾਹਿਦ ਕਾਇਨਾਤ 'ਚ ਅਮੀਰ ਮੋਮਿਨੀਨ ਬਾਦਸ਼ਾਹ ਦੀ ਜ਼ਾਤ ਹੈ, ਜਿਸ ਬਾਦਸ਼ਾਹ ਦਾ ਨਾਂ ਲੈ ਕੇ ਸਾਨੂੰ ਦੱਸਣਾ ਨਹੀਂ ਪੈਂਦਾ ਕਿ ਅਸੀਂ ਹਲਾਲ ਜ਼ਾਦੇ ਹਾਂ ਜਾਂ ਇਮਾਮ ਜ਼ਮਾਨ ਤੁਹਾਡਾ ਸਾਹਿਬ ਸਾਹਮਣੇ। ਚਲੋ ਜਿਹੜੇ ਹੱਥ ਉੱਠੇ ਨੇ, ਮਾਲਿਕ ਪਾਕ ਉਹਨਾਂ ਨੂੰ ਸਲਾਮਤ ਰੱਖੇ। ਔਰ ਜਿਹੜੀ ਸ਼ਹਿਰ ਤੋਂ ਸਾਡੇ ਪਾਕਿਸਤਾਨ ਇਸ ਵਕਤ ਖੌਫ ਦੀ ਜ਼ਦ 'ਚ ਹੈ, ਮਾਲਿਕ ਉਸ ਵਾਇਰਸ ਨੂੰ ਜਿਹੜਾ ਸਾਡੇ ਪਾਕਿਸਤਾਨ 'ਚ ਆਇਆ, ਇਹ ਅਲੀ ਵਾਲੇ ਨੂੰ ਨਹੀਂ ਹੋਣਾ। ਸਾਨੂੰ ਤਾਂ ਮੌਤ ਤੋਂ ਯਕੀਨ ਹੈ, ਉਹ ਤਾਂ ਆਉਣੀ ਆਉਣੀ ਇੱਕ ਦਿਨ। ਜਿਹੜੇ ਚੁੱਪ ਕਰਕੇ ਪਰੇਸ਼ਾਨ ਤਾਂ ਨਹੀਂ ਸਰ ਜੀ, ਉਹ ਆਉਣੀ ਆਉਣੀ ਹੈ। ਉਹ ਬਿਸਤਰ 'ਤੇ ਵੀ ਆ ਜਾਣੀ, ਇੰਝ ਗੱਲ, ਉਹ ਬਿਸਤਰ 'ਤੇ ਵੀ ਆ ਜਾਣੀ, ਉਹ ਸਫ਼ਰ 'ਤੇ ਵੀ ਆ ਜਾਣੀ ਹੈ, ਉਹ ਜਿੱਦਾਂ ਮਰਜ਼ੀ ਬਾਜੋ ਆ ਜਾਣੀ। ਇਹ ਜਿਹੜਾ ਕਰੋਨਾ ਆਇਆ ਨਾ ਜੀ, ਇਹ ਕਰੋਨਾ ਆਈ ਉਹਨਾਂ ਵਾਸਤੇ ਜਿਹੜੇ ਅਲੀ ਨੂੰ ਸੋਚਦੇ ਨੇ। ਇਹ ਮੈਂ ਬਾਦਸ਼ਾਹ ਹੁਸੈਨ ਦੀ ਨੌਕਰੀ 'ਚ ਖਲੋਤਾ, ਤਾਰੀਖ ਚੁੱਕ ਕੇ ਵੇਖ ਲੈਣਾ। ਜਦੋਂ ਕੋਈ ਕੁਛ ਨਹੀਂ ਕਰ ਸਕਦਾ ਨਾ, ਦਸਾਈਆਂ ਨੂੰ ਫਿਰ ਅਮਰ ਐਸਾ ਹੋ ਜਾਂਦਾ। ਦੌਰ ਐਸਾ ਆ ਗਿਆ, ਬੰਦੇ ਫਤਵਾ ਉਸ 'ਤੇ ਦੇ ਰਹੇ ਨੇ ਜਿਹਨੇ ਕਾਬੇ 'ਚ ਆ ਕੇ ਕਾਬੇ ਨੂੰ ਕਾਬਾ ਕੀਤਾ ਹੈ, ਫਤਵਾ ਉਹ ਦੇ ਰਹੇ ਨੇ ਜਿਹੜੇ ਕਾਬੇ ਅਲਮੂੰਹ ਕਰਕੇ ਸਜਦਾ ਕਰਦੇ ਨੇ। ਸੁਭਾਨ ਅੱਲਾ, ਤੁਹਾਨੂੰ ਦਾਤ ਦੇਣਾ ਚਾਹ ਰਿਹਾ ਤੁਹਾਡੀ ਖਾਮੋਸ਼ੀ ਦੀ। ਕਾਫੀ ਦੇਰ ਪਹਿਲੇ ਇਸੇ ਇਲਾਕੇ ਦੇ ਜਸ਼ਨ ਪੜਿਆ ਸੀ ਅਤੇ ਬੜੇ ਲੁਤਫ ਆਇਆ ਸੀ, ਭਾਵੇਂ ਕੁਰਸੀਆਂ ਸੀ, ਹਾਲਾਂਕਿ ਮੈਂ ਕੁਰਸੀਆਂ 'ਤੇ ਬਹਿ ਕੇ ਪੜ੍ਹਨ ਦਾ ਆਦੀ ਨਹੀਂ ਹੈਗੇ, ਬੰਦੇ ਕੁਰਸੀਆਂ 'ਤੇ ਬੈਠੇ ਹੋ, ਕਿਉਂਕਿ ਜਿਹਨੂੰ ਕੁਰਸੀ ਮਿਲ ਜਾਓ ਫਿਰ ਬੋਲਦਾ ਨਹੀਂ ਇੰਝ ਰਹਿੰਦਾ। ਮੈਂ ਕੁਰਸੀ 'ਤੇ ਬੈਠਾ, ਮੈਂ ਕੀ ਬੋਲਾਂ। ਹਾਲਾਂਕਿ ਇੱਥੇ ਜਿਹੜਾ ਵੀ ਇੱਜ਼ਤਦਾਰ ਹੈ, ਹੁਸੈਨ ਬਾਦਸ਼ਾਹ ਨੂੰ ਮੰਨ ਕੇ ਇੱਜ਼ਤਦਾਰ ਹੈ। ਅਗਰ ਤੁਸੀਂ ਹੋ ਜਾਂ ਮੈਂ ਹਾਂ, ਸਾਡੀ ਦੋਵਾਂ ਦੀ ਇੱਜ਼ਤ ਬਾਦਸ਼ਾਹ ਹੁਸੈਨ ਦੇ ਜ਼ਿਕਰ ਦੀ ਵਜ੍ਹਾ ਤੋਂ। ਚਾਚਾ ਜੀ ਜੇ ਲਓ, ਮੈਂ ਜਸ਼ਨ ਮਨਾਉਣ ਵਾਸਤੇ ਪਹਿਲੀ ਨਜ਼ਮ ਬਗੈਰ ਕਿਸੇ ਲਮਹੇ ਨੂੰ ਜ਼ਾਇਕੇ 'ਤੇ ਸ਼ੁਰੂ ਕਰਾਂ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਮੁਰਤਜ਼ਾ ਕੀ ਆਮਦ ਕੇ ਢੰਗ ਦੇਖ ਕਰ ਮੁਸਤਫਾ ਨੇ ਕਿਹਾ, ਇਹ ਹੈ ਮੇਰਾ ਰਜਬ। ਮੈਨੂੰ ਦਾਦ ਨਾ ਦਿਓ, ਪਰ ਇੰਝ ਨਾ ਵੇਖੋ ਮੈਨੂੰ, ਬਸ ਠੀਕ ਹੈ। ਚਿਰ ਤਾਂ ਰੌਣਕ ਆ ਗਈ ਹੈ ਜਸ਼ਨ ਜੀ, ਮਿਹਰਬਾਨੀ। ਮੈਂ ਐਡੀ ਦੂਰੋਂ ਤੁਹਾਡੇ ਵਾਸਤੇ ਹਾਜ਼ਰ ਹੋ ਗਿਆ ਤਾਂ ਮਿਹਰਬਾਨੀ, ਚਿਰ ਤਾਂ ਰੌਣਕ ਰੱਖਣਾ ਖਾਲੀ ਕਾਫੀ। ਮੁਰਤਜ਼ਾ ਕੀ ਆਮਦ ਕੇ ਢੰਗ ਦੇਖ ਕਰ ਨਿਆਜ਼ ਤਾਂ ਨਾ ਬਾਨੀ ਮਸਕੀਨੇ ਦੇ ਹੀ ਦੇਣੀ ਸਾਨੂੰ, ਤੁਸੀਂ ਤਾਂ ਰੌਣਕ ਰੱਖੋ। ਅੱਜ ਖੁਸ਼ ਹੋ ਕੇ ਜਾਓ ਤਾਂ ਕਿ ਝੋਲੀਆਂ ਭਰ ਕੇ ਜਾਓ। ਮੁਰਤਜ਼ਾ ਕੀ ਆਮਦ ਕੇ ਢੰਗ ਦੇਖ ਕਰ ਮੁਸਤਫਾ ਨੇ ਕਿਹਾ, ਇਹ ਹੈ ਮੇਰਾ ਰਜਬ। ਸੁਣ ਕੇ ਤੌਹੀਦ ਨੇ ਮੁਸਕੁਰਾ ਕੇ ਕਿਹਾ, ਯੂੰ ਹੀ ਬਾਂਟੇਂਗੇ ਯਕਸਾਂ ਸਵੇਰਾ ਰਜਬ।
سن کے توحید نے مسکرا کے کہا شکریہ جی. یوں ہی بانٹیں گے یکساں سویرا رجب. خالق دعوازہ ہے میرا محبوب ایسے تقسیم کر لئی ماہ رجب, میں بھی شامل رہوں تو بھی شامل رہے, عرش پر میں مناؤں تو میرا رجب, فرش پر تو منائے تو تیرا رجب. تھوڑی جی محنت کرو, تھوڑے اٹھ کے اسپیکر منہ میرل کرو, محنت آواز ٹھیک ہے, ہوں محنت آواز آئے نا جی. نظم تھوڑے واسطے پڑھنی, کوئی پہلی باری تھوڑے سامنے حاضر نہیں ہویا, تھوڑے معیار سماعت نو جاننا, جہاں کرونا تو ڈرے وہ بھاوے نہ بولے, جہاں اپنے مالک تو ڈردا ہے وہ ضرور بولے. بابا جان دعا کرنی جی. شاعری اعتبار نال اس سرزمین تے میں جتنی والی آ کے نظم پڑھی ہے مینو انہوں نے کمال خیرات دیتی ہے. جو آؤ اج جے دو سال بعد آیا تو بندہ ایک جگہ ریگولر نوکری کرتا ہوئے نا تو بندہ اچھی پوسٹ پہ آ جاتا ہے. تو ہوں دیکھی تھوڑی پروموشن ہوئی ہے ڈیموشن ہو گئی ہے, اجازت تو تم نظم سناواں. ایک جس کو آتی ہے اچھی سلوات پڑھے بابا جی بولا. انتہائی شکریہ بابا جی ٹوری گئے. خدا کے گھر علی کی ذات آئی آپ کیوں روئے, خدا کے گھر. بہت شکریہ, کیا بات ہے تہاڈی بھی, کیا بات ہے. چلو یہ جی پھر ٹھیک ہی کہہ سکنے. آپ کیوں روئے, آپ کیوں روئے, یہ ریپیٹیشن ہے, ردیف ہے, بار بار استعمال ہو رہے ہیں. بابا جان تھی دیکھنا خوبصورت کتنا ہے کہ آپ کیوں روئے. مالک تھوڑا سائے سلامت رکھے. جنہیں مہاتمی چپ بیٹھے ہو یار, ایڈی اچھا موسم دے وچ تسی چادراں لپیٹ کے بیٹھو گے, سر تو ٹوپیاں کس کے رکھو گے, وہ سن ہو جاؤ گے پھر بولیا نہیں جائے گا. کوئی ہوا لگے تو انہوں پھر داد بھی دیو. اے بار بار جا کے سارے تو نہیں کہ بولیا کرو بولیا کرو. فرمان ہے میرے مولا دا, اس بادشاہ دا فرمان ہے جس دا کلمہ پڑھ کے اسی مسلمان ہے. بادشاہ فرمان ہے کہ میرے بھرال دے ذکر چ بولنا افضل ترین عبادت ہے, تو جی ذکر چ بولنا یہ اللہ دی عبادت ہے. میرے تے سان نہیں کرنا, بھاویں چپ بھی رہو گے تو خیر ہے. کئی بندے اس گل نو غصہ کر جائیں یار جا کر بار بار سانو کہہ رہے ہیں, تو بول ہی لو جڑا اچھا پڑھ نہیں سکتا. سانو بندے کہنا نا یار اے نہیں چنگا پڑھتا, تہاڈے چوں چنگا سن بھی کوئی نہیں سکتا. پھر پیچھے ہی بندے بیٹھے نے غور کر لینا, انہوں نے جنہیں مرضی جنہیں رسول دی من کے نہیں بولی, میری من کے کتنے بول لینا انہوں نے. لیکن میں اپنے انہیں بزرگوں کی صحت و سلامتی واسطے, تہاڈے اس علاقے کی خیر و برکت واسطے, تہاڈے سارے کی عزت واسطے ایک گل پڑھ رہے ہیں. خدا کے گھر علی کی ذات آئی آپ کیوں روئے, محمد کی عبادت مسکرائی آپ کیوں روئے. وہ ایڈی سونی داد دیتی, مجھے پتہ بھی لگا میں داد دیتی ہے, مجھے غصے نہ دیکھ رہے ہیں. شیر تھوڑے واسطے پڑھ رہے ہیں. علی رب ولی ہے با خدا یہ جان کر میں نے, وما ینتک زباں سے آیتوں کی مان کر میں نے, تشاہد میں علی کی دی گواہی آپ کیوں روئے. بات ہے اور پچھلے کیا بات ہے اور سے مہربانی بھاجن چاچو جی مالک تھوڑا سایہ سلامت رکھے, اولاد کی خوشیاں ویکھو, بادشاہ دی عزت دی قسم. کل رات 3 بجے میں ایک جگہ تے آخری کھلوتا بندہ, تو مجھے لگ رہا سی کہ جشن ہن شروع ہویا. بندے سنن تے جا کر سونا پڑے, ذکر ہی سنے دا ہے. تسی حکم فرما رہے دوبارہ پڑھو, تو میں ایک تواڈی اور انہاں بزرگاں دی سلامتی واسطے, اپنے انہاں ماتمیاں دی کامیابی واسطے اگلا شعر بھی پڑھ دینا جی. میں اس تے چھڈ رہا سی لیکن اگلا بھی پڑھ دینا. علی نہ ہو تو سمجھو پھر نمازوں میں بھی خامی ہے, خدا کہتا
है दुश्मन मुर्तजा का बस हरामी है। नबी ने शर्त ये सबको बताई, आप क्यों रोए। जियो जियो बाबा जी, हैदरी मालिक तुहानू सलामत रखे। इंतहाई शुक्रिया तुसी ने सारे वास्ते खत्मे कुरान दा सवाब दा जरिया बने। एक शेर तुहाडी इज्जत वास्ते होर, साडे बुजुर्ग फरमाते ने जितने बैठे ने कि बेटा सबसे इज्जत से बात किया करो। फिर मौला अली शाह शहबाज का फरमान भी पढ़े कि वही किसी की इज्जत करता है जो खुद इज्जतदार हो। ये बंदे साडे ते 1400 साल तो जुल्म करते आ रहे हैं, ये मार दे जाते हैं, ये कभी साढ़े बच्चों किसी ने मारे, किसी कभी जाके परचा कराया? बोलो तो सही, सिर ही हिला दे मैंने पता लग जाए। भाई जी नहीं कराया सिर चाणा तो कामरान तुहाडा नौकर इज्जत नाल गल कर रहा है। मुकसर जी शबे मेराज का मन जर सुनाया तो वहां पर्दे से बाहर जब वली का हाथ आया तो नबी ने चूम ली रब की कलाई, आप क्यों रोए। दियो और दूसरा पढ़िए नदमी को। हर फुल की अपनी खुशबू होंगी है, हर फल का अपना जायका होंगे। चलो जे ना रल गए हो, खूबसूरत खैरात दे रहे हो, तो मैं अपने बादशाहों की, अपने बड़े बाबा की, इन्होंने बुजुर्गों की दुआ लैन वास्ते एक नज़म और बाबा जी तेरा नज़र हवाल ना सर आई जाता आप भाई जान जी तो इसलिए बहा के पाने यार। यार मैं जो मुतमिन होकर पाने, देखो मैं दात अच्छी लैके जावा बता कह के भाई कामरान वो रह गया वो करोना तो डर गया सी। सेहत चंगी जी नज़म थोड़े पढ़िए। लुत्फ लेना तेरा रजब दा या मेरे मौला जेरा अपने बादशाह दे नजूल ते खुश हो रहे है मालिक उसनू सारी जिंदगी खुशियां दे। ते जेरा अली बादशाह दे फजाइल सुन के परेशान हुंदा मालिक उहदी परेशानियां च इजाफा करे। दुनिया अब सोचे ये क्या है, खुश क्यों इस कदर अब ला मेहरबानी साईं मालिक तुहानू सलामत रखे। कुर्सियां बह के एक नुकसान हुंदा, बंदे नियाज नहीं उठ के आके दिंदे, और जिहड़े खुश होके ना मिंबर ते बानी आके असीं आप देंगे ते बानी अगे आ जाओ मेहरबानी सीट कोई अगे लवा लो आप तुहाडी सीट ना मल ले कोई। अली या अली 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 रजब की तेरा खुदाए यकता अजीम वादा निभा रहा है। रजब की तेरा खुदाए यकता, बहुत शुक्रिया। अजीम वादा निभा रहा है केड़ा? और जब कि तेरा खुदा यकता अजीम वादा निभा रहा
खुदा का काबे में नूर है पर मजा विलायत का रहा है। जियो ये हाथ बादशाह हुसैन ने हरम ते वास होन जिंदाबाद जी भाई पास आले ओ शेर तुम्हारे वास्ते जी परदा याद च हरकत में तो आई आवाज तो ही दई बाबा जी दुआ में ना दे अली सजा कर मेरे मोहम्मद रकू में जाओ महाशर तलक अलामत यूं कुन से काबे में दर बनाओ जहान को रिस्क का वसीला खुदा अली में दिखा रहा है। क्या बात है जी, क्या बात है, क्या बात है। किबला दाद मेनू थोड़ी हुई है लेकिन मैं अगला शेर फिर ही पढ़ रहा अपने तो जबर करके पढ़ रहा मैं हर चीज थोड़ी बर्दाश्त करना चलता मैं दाद दे फिरते ही बंदे ना बोलने बाबा जी होर सुख जाता है। इस वास्ते मैं एक शेर होर तुहानू व्यवसायी करके पढ़ रहा हर बंदा दुआ कर रहा है या इमाम अल मुंतजर अल अजल जिराली नू वाजिब बंदा वह भी दूजे में ना ही लेंदा किसी का सारे ने जेड़े जेड़े अपने आप नू शिया भी कहते हैं नाम हाथ शिया सारे जितने न, हर बंदा दुआ करता है मस्जिदां च इमाम बारगाह च आओ अज फैसला कुन गल करिए कितने बंदे खैरात ले सकते हैं हुण मैं चेहरा वेखना जे पढ़ के तवज्जो करनी जे बड़े प्यारे अली है अव्वल अली है आखिर अली का घर भी अली है सारा जियो सलाम है सिर चाना जी भाई मेहरबानी हसन से लेकर इमाम महदी के रूप में है अली दोबारा अली के दुश्मन दुआए महदी से क्यों अली को बुला रहा है। जियो मैनू हुण पता लगा जश्न शुरू होया कसीदा सुनाई तुम एक होर नवा इजाजत है सारे एक सलवात बाबा से बुलंद पढ़ दो साईं अच्छा पढ़े तो नहीं है वाहिद इबादत है जिदे च ओ ला शरीक भी तुहाडे नाल शरीक है कैसी वड्डी गल देखो जिहड़ा इबादत अल्लाह कर रहा सी थोड़ा जिहा माहौल बनाओ तो कसीदा तुहाडे वास्ते पढ़िए जी पाक मौला तुहानू सलामत रखे किड्डा खूबसूरत लगा कि अली दे नाम भी लैणे ते चेहरे ते रौनक भी है मालिक इस तरह तुहाडे कायम रखे सारे साल जिंदगी बल्कि जद तक जिंदगी है मालिक इंज रौनक रखे और मालिक सिवाय कहिंदे हुसैन दे कोई कम ना दे अल्लाह आप आगे बैठे ना आप सबने बोलना ठीक है क्या बोलोगे वाह 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 क्या शाबाश तेरा रजब दी खुशी दा नगमा लबां ते अपने सजा ले जली दी मन के नबी दी मन के अली नू पीर बना ले जाने या अली जाने या अली जाने या अली बहुत शुक्रिया भाई काबे दी
इज्जत नुए सजदे करांदा रहा मिट्टी नू कुन कह के आदम बनांदा रहा सरवर दे बिस्तर ते खुद नू समांदा रहा बदला नू बारिश लई पानी पियांदा अज मवाली मेरे अली दा सड़ा ले राहे खुदा दे इंदी विला दे बुहे ते सर नू झुका ले जाने या अली जाने या अली इंतहाई शुक्रिया या अली अलैहिस्सलाम इंतहाई शुक्रिया जिन्हें कबूल फरमाया बगैर नसर तो थोड़ी खिदमत एक शेर मालिक तुम इस तरह ही सलामत रखे तुम जवारी नसीब फरमाए बादशाह हुसैन के जिक्र की कसम है कि बादशाह तो फजाइल से जिद चेहरे रौनक आँदी वो सिर दुआ कर मदद कर सलामत रहो जी जिन्हें सीरियस चेहरे ने थोड़ा ठीक कर लो नहीं तो भी बटवा निकल जाएगा किराया मंग के जाना पड़ेगा तुम पॉइंट कर लो सही मन जाओ वो मन जाओ शेर थोड़ी दात हस्ते पड़ा थोड़ा मेरा वजूद एक वर्ग है लेकिन मैं भी जान ला लगा तुम भी लाना आओ देखिए केड़ा बंदा अली दीन आला इंदा सदका खा के होर अपनी खैरात में बधाना चाहता है शेर पढ़े हाँ इजाजत है सारे दी एक उच्ची सलावत पढ़ो सारे हजरात शेर थोड़े हाथ से पढ़े हाँ नबी दे मुसल्ले ते जे आवे फातिमा अली दी विला दे वास्ते नबी दे मुसल्ले ते जे आवे फातिमा अली दी विला दे वास्ते तेनू वी जे काबे च दिसे बस मुर्तजा सड़ना खुदा दे वास्ते मन कुल तो सदियां तो बंदियां नुए रोटी खवांदा रहा ताइयों ते रब दी जगह चेहरा विखांदा रहा बढ़के निमाजी होना तू राजी थोड़ा खरूर घटा ले जंगा च घोड़े खा गए भगोड़े ओना ते लानत पाल जाने या अली क्या बात अली अली क्या बात ये हाल चाल ठीक उन्होंने भी बनाने जो चुप बैठे ने वह मैं सेंड कर देना मेहरबानी एक कसीदा थोड़े वास्ते होर पढ़ दी कल बलवी साहब तसी लेने फिर आखिरी कसीदा थोड़े सारे नाल या अली अली कबूल फरमाना मालिक पाक बानियां दी इज्जत तौफीक आज इजाफा ता फरमाए कसीदे थोड़ा जरा एक जरा जान ला के पढ़ने जा रहे हैं जी वली का नूर हकीकत छुपा न पाओगे नमाज रोजा बुग्ज में बचा न पाओगे हजार साजिशें तू करके देख ले मुल्ला जो हक नबी ने कहा है मिटा न पाओगे जब तक कायम काबा है जब तक कायम काबा है जब तक कायम काबा है नाम अली का का जिंदा है नाम अली का जिंदा है नाम अली का जिंदा है नाम अली का जिंदा बाड़ी क्या बात मेहरबानी थोड़े कबूल फरमा दी मेहरबानी नाम अली का जिंदा है नाम अली का जिंदा है नाम अली का जिंदा है नाम अली का जिंदा फिर नाम अली का जिंदा है नाम
اپنے ماتمی واسطے جی، اپنے بزرگوں کی سلامتی واسطے، بابا جی سرکار خصوصی تھوڑی نظر، ہر وقت جو آدم کی شریعت سے بڑا ہے، شریعت سے بڑا ہے، ہر وقت جو آدم کی شریعت سے بڑا ہے، اس باپ کا بیٹا ہے تو کیوں بھونک رہا ہے، لکھا ہے جس کے ٹکڑوں پہ زمانے میں تیرا پلنا، لکھا ہے جس کے ٹکڑوں پہ زمانے میں تیرا پلنا، لکھا ہے جس کے ٹکڑوں پہ زمانے میں تیرا پلنا، یہاں بھی اس سے جلتے وہاں بھی تو نے جلنا، جب تک اللہ اللہ ہے، جب تک اللہ اللہ ہے، نام علی کا زندہ ہے، نام علی کا، لیو مالک تعالی سلامت رکھے، تہاڈی کیا بات ہے جی، انتہائی شکر ہے حیدری علی علی، مالک تعالی سلامت رکھے، زندہ آباد رہو جی، جی میری ویڈیو بنا دے پیو، اللہ تہاڈا فون آئی فون کرے، میری داد ضرور دینا، شیر تہاڈے واسطے پڑھے، نام علی کا زندہ ہے، نام علی کا زندہ ہے، ایک گل تہاڈی داد واسطے بابا جان، نام علی کا زندہ ہے، نام علی کا زندہ ہے، نام علی کا زندہ ہے، محمد کو یہ کعبے سے ملا ہے، محمد کو یہ کعبے سے، کیا بات ہے، سلام کرو، محمد کو یہ کعبے سے ملا ہے، علی ہر حال میں نفس خدا ہے، علی ہر حال میں نفس خدا ہے، زندہ باد، ہر حال میں نفس خدا ہے، یہ ظاہر ہو کے بھی غائب رہا ہے، یہ ظاہر ہو کے بھی غائب رہا ہے، سن نہیں ہے، پاس کر کے لا دو، ہو کے بھی غائب رہا ہے، علی الحمدللہ میں چھپا ہے، الحمدللہ میں چھپا ہے، ہر کوئی نہیں سکے، چھپا ہے، نبی کے بعد یہ سب سے بڑا ہے، نبی کے بعد یہ سب سے بڑا ہے، علی جب ساقی کوثر ہوا ہے، علی جب ساقی کوثر ہوا ہے، کسی کم ضعیف کی اوقات کیا ہے، کسی کم ضعیف کی اوقات کیا ہے، کسی کم ضعیف کی اوقات کیا ہے، کہ جب خود کبریا نے بھی کہا ہے، جب تک رب کا چہرہ ہے، جب تک رب کا چہرہ ہے، نام علی کا زندہ ہے، دیو حق ادا کیتا تسی، آؤ استاد جی، ہاں میرے مولا درد پہ بول رہے ہیں، یا علی آئے، مالک پاک تو نہیں، کیا بات ہے، علی مولا، علی مولا، علی مولا، طبیعت لیے میں تھوڑا وقت ضائع کیتا جی، مہربانی سائیں، مہربانی، مالک پاک تمہیں سلامت رکھے، ایک قصیدہ اپنے بزرگاں دا تاکہ تمہیں سارے نال ملاوا، اس بعد ایک دھمال تے یا علی یا علی، قصیدہ رل کے پڑھی، اگر اجازت تھا رانی، وہ میرے ذہن چ گل آ گئی بزرگوں کی، تو میرے نانے جان فرما دے کہ دو بندے جشن چ بڑا اوکھا بولتے ہیں، ایک وہ جنہوں لنگر نہ کیتا ہوئے، دوجو جنہیں دو واری کیتا ہوئے، ہاں جی جی مالک سر چوکھٹ تے دھر کے، سر چوکھٹ تے دھر کے، جھولی گھن ونج بھر کے، جھولی گھن ونج بھر کے، او گل سن کملیا، او بایا کانو میرا گوایا، علی علی دم علی علی مولا، علی علی آکھو، علی علی حق، علی علی حق، علی علی حق، اچھا اس طرح نہیں، جس بندے نو یقین ہے کہ رحمت العالمین سرکار نو منن تو بعد ساڈے واسطے جنت لکھی گئی ہے، جنت دی لالچ نہیں، لیکن جس جگہ جنت بھی طواف کر دیے، اس کربلا جس بندے جانا ہے، اس سرکار دو عالم دے فرمان دے مطابق علی نو حق انج اچا کے کہ اپنے خاندان دے نال اس سال جائے، لیکن جائے ہی جڑا اچا بولے علی علی حق، علی علی حق، علی علی حق،
مل کے کہنا وہ مل کے تو کہو علی علی حق علی 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 حق علی علی سچ علی 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 ہاتھ چاؤ جی حیدری علی 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 این دی داد کیمرے لگ دی مل رہی نیاز جے چپ بیٹھے ہو تواڈے تے نیاز دی ڈیمانڈ نہیں لیکن چہرے تے رونق دی ڈیمانڈ علی 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 راضیاں حق علی علی سچ علی علی حق علی علی سچ علی علی حق علی علی سچ علی علی حق علی 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 حق علی علی حق علی علی سن شاد قصیدہ ولیاں دے ولی دا سن شاد قصیدہ ولیاں دے ولی دا میرے مولا علی دا جنہیں نعرہ دلایا اون کچھ نہیں کمایا حق علی 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 حق علی علی سچ علی علی چاچے نو بھی بینڈ دے جا دیو حق علی علی حق علی علی سچ علی علی حق علی 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 کم بند ابو ذر تو پوچھ لے چل ڈر تو پوچھ لے کنے راشن مکایا کنے خیبر اڑایا علی 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 دم مست کلندر علی 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 دم مست علی 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 دم مست کلندر دم مست کلندر 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 کلندر